ਮਾਰਨ ਕੋਲ ਬੰਦੇ ਜਿਹੜੇ ਛੱਡ ਜਾਂਦੇ ਨੇ ਉਹਨਾਂ ਨੂੰ ਪੈਸੇ ਜਾਇਕ ਲੈ ਯਾਰ ਉੱਥੇ ਜਾਣਾ ਹੈ ਬੜੀ ਮਦਦ ਕਰਦੇ ਨੇ ਬਿਮਾਰ ਹੀ ਵੀ ਇੱਥੇ ਖੜੋਂਦੇ ਹਨ ਜਿਹੜੇ ਹੁਣ ਮੀ ਦਵਾਈ ਰਾਨੀ ਹੈ ਤੇ ਇੱਕ ਵਾਰੀ ਬਿਲਕੁਲ ਹਾਂ ਚਲੋ ਭਈਆ ਤੁਹਾਡਾ ਹੀ ਬੜਾ 100 ਸਾਲ ਉਮਰ ਉਮਰ ਮਤੀ ਹੋਇਆ ਸ਼ੈਲ ਖਾਨ ਤੇ ਸ਼ੈਲ ਨਾ ਠੀਕ ਠੀਕ ਹਾਂ ਬੜੇ ਬੜੇ ਮੈਂ ਦਿਖੇ ਨਹੀਂ ਕਰਦੇ ਮਦਦ ਨਹੀਂ ਕਰਦੇ ਹਾਂ ਬੜੀ ਮਦਦ ਕਰਦੇ ਲੋ ਇਹ ਤੇ ਕਈ ਹੁੰਦੇ ਭਈਆ ਕੀ ਕਹਿਣਾ ਚਾਹਗੇ ਬੜਾ ਬੜਾ ਸ਼ੁਕਰੀਆ ਸਭ ਤੋਂ ਪਹਿਲਾਂ ਤੁਹਾਡਾ ਵੀ ਤੁਸੀਂ ਵੀ ਆਟੋ ਰੋਕਿਆ ਹੋ ਰਿਹਾ ਬੜਾ ਬੜਾ ਸ਼ੁਕਰੀਆ ਜੀ ਤੇ ਇਹਨਾਂ ਦੇ ਬੜਾ ਜਿੰਨੇ ਪੈਸੇ ਨੇ ਆਕੇ ਇੰਨੇ ਅਸੇ ਮੰਨ ਲੈ ਠੀਕ ਹੈ ਹਾਂ ਤੋ ਦੇਖ ਸਕਤੇ ਹੈ ਐਸਾ ਨਹੀਂ ਹੈ ਕਿ ਟ੍ਰੈਫਿਕ ਪੁਲਿਸ ਆਪਕਾ ਚਲਾਨ ਨਹੀਂ ਕਾਟੇਗੀ ਬਲਕਿ ਯਹਾਂ ਪਰ ਦੋ ਬਜ਼ੁਰਗ ਮਹਿਲਾਏ ਕਾਫੀ ਦੇਰ ਸੇ ਯਹਾਂ ਪਰ ਖੜੀ ਥੀ ਔਰ ਟ੍ਰੈਫਿਕ ਪੁਲਿਸ ਦੁਆਰਾ ਜਬ ਉਹਨੇ ਯਹਾਂ ਪਰ ਪੁੱਛਾ ਗਿਆ ਕਿ ਆਪ ਇਤਨੇ ਜ਼ਿਆਦਾ ਪਰੇਸ਼ਾਨ ਕਿਉਂ ਹੈ ਤੋ ਉਹਨਾਂ ਨੇ ਬਤਾਇਆ ਕਿ ਹਮੇ ਹਸਪੀਟਲ ਮੇ ਕਹੀਂ ਚੈੱਕ ਕਰਵਾਨੇ ਕੇ ਲਈ ਜਾਣਾ ਹੈ ਇਹ ਬਜ਼ੁਰਗ ਬਿਮਾਰ ਹੈ ਤੋ ਐਸੇ ਮੇ ਇਹਨੇ ਆਟੋ ਜੋ ਹੈ ਵੋ ਨਹੀਂ ਮਿਲ ਰਹਾ ਹੈ ਐਸੇ ਮੇ ਟ੍ਰੈਫਿਕ ਪੁਲਿਸ ਦੁਆਰਾ ਯਹਾਂ ਪਰ ਜੋ ਨਾਕਾ ਥਾ ਇਨਕੇ ਦੁਆਰਾ ਯਹਾਂ ਪਰ ਆਟੋ ਕੋ ਰੋਕਾ ਗਿਆ ਔਰ ਉਸਕੇ ਚਲਤੇ ਉਹਨੇ ऑटो में बिठाकर जो है वो उन्हें अस्पताल यहाँ से भेजा गया तो काफी अच्छा लगता है जब इस तरह की तस्वीरें भी जो है वो ट्रैफिक पुलिस के सामने आती हैं तो कमेंट बॉक्स में ट्रैफिक पुलिस जिंदाबाद जरूर लिखें क्योंकि काफी सारे ट्रैफिक पुलिस के लोग जो है वो गलत काम करते हैं और जिससे कहीं ना कहीं जरूर छवि जो है वो खराब होती है लेकिन यहाँ पर इन्होंने बहुत ही अच्छा बेहतरीन काम किया है तो ऐसे में ट्रैफिक पुलिस जिंदाबाद कमेंट करके जरूर लिखें देखते रहे जम्मू परिवर्तन मुझे साथ विषय को दीजिए इजाजत जय जवाहर।